ਪੰਜਾਬੀਸਤਾਨ ਦੀ ਜਾਨਿਬ ਤੋਂ ਜਨਾਬ ਸੰਤ ਰਾਮ ਉਦਾਸੀ ਜੀ ਦੀ 10ਵੀਂ ਰਚਨਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਦੀ ਦਾਦੀ ਤੋਂ ਵਿਦਾਇਗੀ ਦੇ ਨਾਂ। ਦਾਦੀਏ ਅੰਮੀਏ, ਅਸੀਂ ਅੱਜ ਤੇਰੇ ਮਹਿਮਾਨ, ਅਸੀਂ ਹਾਂ ਜਗਾਉਣ ਚੱਲੇ ਇੱਟਾਂ ਦਿਆਂ ਦਿਲਾਂ ਵਿੱਚ ਮਮਤਾ ਦਾ ਵਰਦਾਨ। ਸਾਂਭੀ ਤਾਂ ਰੱਖਣ ਤੇਰੇ ਬਾਗ ਦੇ ਬਗੀਚੜੇ ਸਦੀਆਂ ਦੀ ਖੁਸ਼ਬੋ, ਬਨ ਬਨ ਪੰਡਾਂ ਅਸੀਂ ਆਪਣਿਆਂ ਸਿਰਾਂ ਨਾਲ ਮਹਿਕਾਂ ਸਭ ਲੈਣੀਆਂ ਨੇ ਢੋ। ਤੇਰੀਆਂ ਬਰੂਹਾਂ ਉੱਤੋਂ ਕਵੀਆਂ ਨੂੰ ਲੱਭਣੇ ਨੇ ਕਵਿਤਾ ਦੇ ਉਨਵਾਨ, ਅਸੀਂ ਅੱਜ ਤੇਰੇ ਮਹਿਮਾਨ। ਆਪਣਿਆਂ ਪਿੰਡਿਆਂ ਤੇ ਵੇਖਣਾ ਪਰਖ ਕੇ ਹੈ ਜ਼ਾਲਮਾਂ ਤੇ ਜ਼ੁਲਮਾਂ ਦਾ ਸੇਖ, ਕਿਵੇਂ ਤਲਵਾਰਾਂ ਦੀਆਂ ਛਾਵਾਂ ਹੇਠ ਗੂੰਜਦੀ ਹੈ ਕਿਸੇ ਕੈਦੀ ਸੂਰਮੇ ਦੀ ਹੇਕ। ਕਾਲਿਆਂ ਕੇਸਾਂ ਦੇ ਨਾਲ ਰੱਖ ਕੇ ਵਿਖਾਉਣੀ ਤੇਰੇ ਦੁੱਧ ਚਿੱਟਿਆਂ ਦੀ ਸ਼ਾਨ, ਅਸੀਂ ਅੱਜ ਤੇਰੇ ਮਹਿਮਾਨ। ਆਏ ਸਾਲ ਕਿਹੜਾ ਤਾਂ ਚੁਰਾਏ ਸਾਡੇ ਖੇਤਾਂ ਵਿੱਚੋਂ ਪੈਲੀਆਂ ਦੇ ਮੱਥੇ ਦਾ ਗਰੂਰ, ਲੋਕਾਂ ਦੀਆਂ ਸੱਦਰਾਂ ਦਾ ਖੂਨ ਅਸੀਂ ਰੋਕਣਾ ਹੈ ਪਰ ਅਸੀਂ ਖੂਨ ਡੋਲਣਾ ਜ਼ਰੂਰ। ਜ਼ਾਲਮਾਂ ਦੇ ਪੈਰਾਂ ਨਾਲ ਅਸੀਂ ਨਹੀਂ ਹੋਣ ਦੇਣਾ ਪੈਹਿਆਂ ਦਾ ਅਪਮਾਨ। ਦਾਦੀਏ ਅੰਮੀਏ, ਅਸੀਂ ਅੱਜ ਤੇਰੇ ਮਹਿਮਾਨ, ਅਸੀਂ ਹਾਂ ਜਗਾਉਣ ਚੱਲੇ ਇੱਟਾਂ ਦਿਆਂ ਦਿਲਾਂ ਵਿੱਚ ਮਮਤਾ ਦਾ ਵਰਦਾਨ। ਦਾਦੀਏ ਅੰਮੀਏ, ਅਸੀਂ ਅੱਜ ਤੇਰੇ ਮਹਿਮਾਨ।